ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਸਾਰੇ ਸੱਜਣ ਮਿੱਤਰਾਂ ਦਾ ਰਾਜੀ ਬਾਜੀਓ ਬੱਲੇ ਬੱਲੇ ਆ ਚੜ੍ਹਾਈ ਆ ਪੂਰੀ ਤੇ ਪਹਿਲੀ ਤਾਂ ਗੱਲ ਆ 1 ਕਿਲੋ ਮਾਫੀ ਚਾਹੁੰਨਾ ਵੀ ਮੇਰੀ ਵੀਡੀਓ ਦਾ ਟਾਈਮ ਥੇ ਕੋਈ ਨਹੀਂ ਹੁੰਦਾ ਕੋਈ ਕਹਿੰਦਾ ਬਾਈ ਕੈਪ ਜੇ ਪਾਏਗਾ ਕੋਈ ਪਤਾ ਨਹੀਂ ਬਾਈ ਕਿਤੇ ਮਜੇ ਪਾਏ ਜੇ ਤੜਕੇ 2 ਵੀ ਪਾਣ ਨਾ ਕਈ ਬੰਨੀ ਪੈਂਦੀ ਯਾਨੀ ਬੇਚ ਉਹ ਜਿਹੜੀ ਅੱਜ ਦੀ ਵੀਡੀਓ ਹੈ ਇਹ ਹੈਗੀ ਆ ਪ੍ਰੀਤ ਟਰੈਕਟਰ ਦੇ ਮਤਲਕ ਪ੍ਰੀਤ ਟਰੈਕਟਰ ਦਾ ਇੱਕ ਨਵਾਂ ਟਰੈਕਟਰ ਛੇਤੀ ਹੀ ਲਾਂਚ ਹੋਣ ਜਾ ਰਿਹਾ ਜਦੀ ਲਾਂਚਿੰਗ 20 ਤਰੀਕ ਨੂੰ ਹੋਣੀ ਹੈ 20 ਤਰੀਕ ਨੂੰ ਇਹ ਟਰੈਕਟਰ ਮਾਰਕੀਟ ਦੇ ਵਿੱਚ ਲਾਂਚ ਹੋ ਜਾਊਗਾ ਫਿਰ ਉਸ ਤੋਂ ਬਾਅਦ ਅੱਗੇ ਅਵੇਲੇਬਿਲਟੀ ਸ਼ੁਰੂ ਹੋ ਜੂਗੀ ਮੰਨ ਕੇ ਚੱਲੋ 1 1 2 2 3 3 4 4 ਟਰੈਕਟਰ ਮਿਲਨੇ ਸ਼ੁਰੂ ਹੋ ਜਾਣਗੇ ਬਹੁਤਾ ਕੋਈ ਤੁਹਾਨੂੰ ਟਾਈਮ ਦਾ ਗੈਪ ਨਹੀਂ ਮਿਲਣਾ ਤੇ ਇਹ ਜਿਹੜਾ ਟਰੈਕਟਰ ਹੈ ਜੇ ਇਹਦੀ ਗੱਲ ਕਰੀਏ ਸਪੈਸੀਫਿਕੇਸ਼ਨਸ ਦੀ ਹੋਰ ਲੱਲਾ ਪੱਬਾ ਉਹ ਮੇਰੇ ਕੋਲ ਫਿਲਹਾਲ ਹੈ ਨਹੀਂ ਗਿਆ ਕੋਈ ਡਿਟੇਲ ਮੇਰੇ ਕੋਲ ਪਹੁੰਚੀ ਨਹੀਂ ਤੇ ਇਹ ਜਿਹੜਾ ਟਰੈਕਟਰ ਹੈ 60 ਹਸਪਾਵਰ ਦੇ ਵਿੱਚ ਆਊਗਾ ਤੇ ਜਿਹੜੀਆਂ ਫੋਟੋਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫੋਟੋਆਂ ਦੇਖ ਕੇ ਤੁਸੀਂ ਜਿਹੜੇ ਸੱਜਣ ਦਾ ਕੋਈ ਬੁੱਕ ਸ਼ੁੱਕ ਕਰਾਉਣ ਦਾ ਇਰਾਦਾ ਹੈ ਉਹ ਕਰਾ ਸਕਦਾ ਟਰੈਕਟਰ ਨੂੰ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਇੱਕ ਇੱਕ ਦੋ ਦੋ ਟਰੈਕਟਰ ਦੇਣ ਦੀ ਆਪਣੀ ਸਮਰੱਥਾ 20 ਤੋਂ 25 ਤਰੀਕ ਤੱਕ ਇੱਕ ਦੋ ਟਰੈਕਟਰ ਦੇਣ ਦੀ ਸਮਰੱਥਾ ਆਪਣੇ ਕੋਲ ਹੈਗੀ ਆ ਤੇ ਜਿਹਨੇ ਦੂਜਾ ਲੈਣਾ ਉਹ ਵੀ ਕੋਈ ਵੀ ਸੱਜਣ ਲੈ ਸਕਦਾ ਤੇ ਅਗਲੀ ਗੱਲ ਇਹਦਾ ਤਰੀਕਾ ਕਰ ਕੀ ਆ ਦੇਖੋ ਜਿਹੜੀ ਇਹਦੀ ਲਾਂਚਿੰਗ ਆ ਉਹ 20 ਤਰੀਕ ਨੂੰ ਹੋਣੀ ਆ ਉਹ 20 ਤਰੀਕ ਤੋਂ ਆਪਾਂ ਤੁਹਾਨੂੰ ਸਾਰੀਆਂ ਇਹਦੀਆਂ ਵੀਡੀਓਜ਼ ਕੰਪਲੀਟ ਸਪੈਸੀਫਿਕੇਸ਼ਨ ਕੰਪਲੀਟ ਰਿਵਿਊ ਉਹ ਜਿਹੜਾ ਕਰਦਾਂਗੇ ਪਰ ਮੈਂ ਹੁਣ ਫਿਲਹਾਲ ਤੁਹਾਨੂੰ ਫੋਟੋਆਂ ਨੇ ਜਿਹੜੀਆਂ ਮੇਰੇ ਕੋਲ ਪਹੁੰਚੀਆਂ ਨੇ ਉਹ ਮੈਂ ਤੁਹਾਨੂੰ ਦਿਖਾ ਸਕਦਾ ਕਿਉਂਕਿ ਬਹੁਤ ਜ਼ਿਆਦਾ ਕ੍ਰੇਸੀ ਅਵੈਂਜਰ ਸੀਰੀਜ਼ ਦਾ ਅਵੈਂਜਰ ਨੂੰ ਲੋਕ ਬੜਾ ਪਸੰਦ ਕਰਦੇ ਹੁੰਦੇ ਸੀ ਭਾਈ ਅਵੈਂਜਰ ਦੇ ਤੋਂ ਅਵੈਂਜਰ ਦੇ ਤੋਂ ਪਰ ਅਵੈਂਜਰ ਨੌ ਵੀ ਜ਼ਿਆਦਾ ਸੋਹਣੀ ਮਨ ਜਿਹੜੀ ਲੁੱਕ ਹੈ ਉਹਦੇ ਵਿੱਚ ਟਰੈਕਟਰ ਆ ਗਿਆ ਰੰਗਾਂ ਦਾ ਹਲੇ ਮੈਂ ਕਲੀਅਰ ਨਹੀਂ ਰੈੱਡ ਕਲਰ ਦੀਆਂ ਮੇਰੇ ਕੋਲ ਫੋਟੋਆਂ ਪਹੁੰਚੀਆਂ ਨੇ ਹਲੇ ਇਹ ਨਹੀਂ ਮੈਂ ਕਹਿ ਸਕਦਾ ਵੀ ਇਹ ਕਿਹੜੇ ਕਿਹੜੇ ਕਲਰਾਂ ਦੇ ਵਿੱਚ ਅਵੇਲੇਬਲ ਹੋਊਗਾ ਹਾਰਸ ਪਾਵਰ 60 ਹੈ ਇਹਦੇ ਨਾਲ ਦੇ ਮੁਕਾਬਲਤਨ ਟਰੈਕਟਰ ਕਿਹੜੇ ਕਲਰਸ ਜਾਂ ਹੋਰ ਪਾਵਰ ਦੇ ਇਦਾਂ ਦੀ ਸ਼ੋ ਚਾਹਣ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਇਹ ਨਵਾਂ ਹੈ ਜੀ 60 ਪਾਵਰ ਦਾ ਜਿੱਦਾਂ ਆਪਣਾ 60 49 ਟਰੈਕਟਰ ਹੈ ਇਹਦੀਆਂ ਫੋਟੋਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਾਂਗੇ ਅਗਲੀ ਗੱਲ ਹੈ ਅਵੇਲੇਬਿਲਟੀ ਦੀ ਜੇ ਆਪਾਂ ਕਰੀਏ ਵੀ ਛੇਤੀ ਸਾਰਿਆਂ ਦੇ ਵਿੱਚ ਉਪਲਬਧ ਹੋ ਜਾਊਗਾ 20 ਤਰੀਕ ਤੋਂ ਬਾਅਦ ਆਪਾਂ ਇੱਕ ਦੋ ਟਰੈਕਟਰ ਦੇ ਸਕਦੇ ਆ ਜਾਂ ਰੈਗੂਲਰ ਕੋਈ ਚੱਕਰ ਨਹੀਂ ਕੋਈ ਵੀ ਬੰਦਾ ਬੁਕਿੰਗ ਸ਼ੁਕਿੰਗ ਜੇ ਕਿਸੇ ਨੇ ਕਰਾਉਣੀ ਚਾਹੁੰਦਾ ਤਾਂ ਉਹ ਕਰਾ ਸਕਦਾ ਕਿਸੇ ਕਿਸਮ ਦੀ ਕੋਈ ਜੜੀ ਸਮੱਸਿਆ ਉਹ ਹੈ ਨਹੀਂ ਤਾਂ ਅਗਲੀ ਗੱਲ 20 ਤਰੀਕ ਨੂੰ ਇਹਦਾ ਪੂਰਾ ਫੁੱਲ ਰਿਵਿਊ ਤੇ ਇਹਦੀਆਂ ਸਾਰੀ ਸਪੈਸੀਫਿਕੇਸ਼ਨ ਡਿਟੇਲ ਪਲੱਸ ਰੇਟ ਕੀ ਆਊਗਾ ਉਹ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਦਾਂਗੇ ਤੁਹਾਡੀ ਨੌਲੇਜ ਚ ਲਿਆ ਦਾਂਗੇ ਠੀਕ ਆ ਜੀ ਤਾਂ ਇਹ ਪ੍ਰੀਤ ਦਾ ਟਰੈਕਟਰ ਆ ਜਿਹੜਾ ਨਵਾਂ ਲਾਂਚ ਕਰਨ ਜਾ ਰਹੇ ਹਾਂ 20 ਤਰੀਕ ਨੂੰ ਬਹੁਤ ਬਹੁਤ ਸਾਰੀ ਕੰਪਨੀ ਨੂੰ ਮੁਬਾਰਕਾਂ ਜਿਨ੍ਹਾਂ ਨੇ ਮਿਹਨਤ ਕੀਤੀ ਆ ਮਹਾਰਾ ਸੱਚੇ ਪਾਸ਼ਾ ਕਰੇ ਜਿਵੇਂ 60 49 ਨੂੰ ਪਿਆਰ ਮਿਲਿਆ ਉਦਾਂ ਹੀ ਇਸ ਟਰੈਕਟਰ ਨੂੰ ਪਿਆਰ ਮਿਲੇ ਬਸ ਇਹ ਵੀਡੀਓ ਇੰਨੀ ਕੀ ਆਪਾਂ ਨੇ ਕਰਨੀ ਆ ਹੋਰ ਕੋਈ ਬਹੁਤੀ ਅਚ ਲੰਬੀ ਚੌੜੀ ਗੱਲ ਨਹੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ ਤੇ ਮਹਾਰਾ ਸੱਚੇ ਪਾਤਸ਼ਾਹ ਤੁਹਾਡੇ ਤੇ ਕਰੇ ਮਿਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਦੇ ਦਰਸ਼ਨ ਕਰ ਲਓ ਧੰਨਵਾਦ